ਗਰੀਬਾਂ ਵਾਸਤੇ ਹਸਪਤਾਲ ਜਿਹੜੇ ਨੇ ਉਹ ਖੁੱਲ੍ਹੇ ਨੇ ਔਰ ਹੁਣ ਸ਼ਾਨਦਾਰ ਹਸਪਤਾਲ ਬਣਨਗੇ। ਚਾਹੇ ਪੈਰਾਸੀਟਾਮੋਲ ਦੀ ਗੋਲੀ ਲੈਣੀ ਹੈ ਬੁਖਾਰ ਦੀ, ਚਾਹੇ ਕੋਈ 50 ਲੱਖ ਰੁਪਈਏ ਦਾ ਆਪਰੇਸ਼ਨ ਹੈ, ਰੱਬ ਨਾ ਕਰੇ ਕੋਈ ਇਹੋ ਜਿਹੀ ਬਿਮਾਰੀ ਆਵੇ, ਪਰ 1 ਰੁਪਈਆ ਤੁਹਾਡਾ ਪਾਰਕਿੰਗ ਦੀ ਫੀਸ ਵੀ ਨਹੀਂ ਲੱਗੂਗੀ ਉੱਥੇ ਜਾਣ। ਹਸਪਤਾਲ ਦੇ ਵਿੱਚ ਡਾਕਟਰ ਜਿਹੜਾ ਉਹ ਜ਼ਿੰਮੇਵਾਰ ਬਣਾਤਾ, ਜਿਹੜਾ ਮੁੱਖ ਡਾਕਟਰ ਹੈ, ਕਿ ਕੋਈ ਵੀ ਦਵਾਈ ਮਰੀਜ਼ ਨੂੰ ਉਹ ਨਹੀਂ ਲਿਖੇਗਾ ਜਿਹੜੀ ਬਾਹਰੋਂ ਲਿਆਉਣੀ ਪਊ, ਸਾਰੀਆਂ ਦਵਾਈਆਂ ਅੰਦਰ ਮਿਲਣਗੀਆਂ ਬਿਲਕੁਲ ਮੁਫਤ। ਜੇ ਕੋਈ ਦਵਾਈ ਅੰਦਰ ਹੈ ਨਹੀਂ, ਡਾਕਟਰ ਲੈ ਕੇ ਆਊਗਾ, ਮਰੀਜ਼ ਨੂੰ ਨਹੀਂ ਜਾਣ ਦੇਵਾਂਗੇ ਬਾਹਰ, ਕਿਉਂਕਿ ਜਦੋਂ ਹੀ ਉਹ ਬਾਹਰ ਨਿਕਲਦਾ ਹੈ ਨਾ, ਦਵਾਈਆਂ ਉਹ ਲਿਖ ਦਿੰਦੇ ਨੇ ਜਿਹੜੀਆਂ ਬਾਹਰ ਮਿਲਦੀਆਂ ਮਹਿੰਗੀਆਂ, ਪਰ ਲੁੱਟਿਆ ਜਾਂਦਾ ਉਹ। ਐਕਸਰੇ, ਅਲਟਰਾਸਾਊਂਡ ਸਾਰੀਆਂ ਮਸ਼ੀਨਾਂ ਸਾਰੇ ਹਸਪਤਾਲ 'ਚ ਹੋਣਗੀਆਂ, ਫ੍ਰੀ ਹੋਣਗੀਆਂ। ਜਿਹੜੇ ਹਸਪਤਾਲ 'ਚ ਐਕਸਰੇ ਹੈ ਨਹੀਂ, ਬਾਹਰੋਂ ਅਸੀਂ ਭੇਜਾਂਗੇ ਲਿਖ ਕੇ। ਅਸੀਂ ਪ੍ਰਾਈਵੇਟ ਵਾਲਿਆਂ ਨਾਲ ਗੱਲ ਕਰ ਲਈ ਸਾਰਿਆਂ ਨਾਲ ਕਿ ਸਾਡਾ ਐਕਸਰੇ ਕਰਕੇ ਦੇ ਦਿਓ, ਪੈਸੇ ਗੌਰਮੈਂਟ ਦੇਊਗੀ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਕਾਇਆ ਪਲਟ ਹੋ ਰਿਹਾ ਹੈ। 650 ਆਮ ਆਦਮੀ ਕਲੀਨਿਕ ਹੋ ਗਏ, 150 ਹੋਰ ਤਿਆਰ ਪਿਆ, ਇੱਕ ਅੱਧੇ ਦਿਨ 'ਚ ਉਹ ਵੀ ਤਿਆਰ ਹੋਜੂ। 800 ਆਮ ਆਦਮੀ ਕਲੀਨਿਕ ਹੈ ਜਿੱਥੇ 1 ਕਰੋੜ ਬੰਦਾ, ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਆ ਕੇ ਉੱਥੇ ਦਵਾਈ ਲੈ ਚੁੱਕਿਆ ਜੀ। 90 ਕਿਸਮ ਦੀਆਂ ਦਵਾਈਆਂ, 40-42 ਕਿਸਮ ਦੇ ਟੈਸਟ ਫ੍ਰੀ ਨੇ ਉੱਥੇ, ਕੋਈ ਪੈਸਾ ਨਹੀਂ ਲੱਗੂਗਾ। ਹਸਪਤਾਲਾਂ ਦੇ ਵਿੱਚ 26 ਜਨਵਰੀ ਤੋਂ ਬਾਅਦ ਸਰਕਾਰੀ ਹਸਪਤਾਲਾਂ 'ਚ ਇਹ ਆਰਡਰ ਕਰਤੇ, ਤਹਿਸੀਲਦਾਰ ਹਸਪਤਾਲ, ਚਾਹੇ ਤਹਿਸੀਲ ਵਾਲਾ, ਚਾਹੇ ਜ਼ਿਲ੍ਹੇ ਵਾਲਾ, ਚਾਹੇ ਬਲਾਕ ਵਾਲਾ, ਹਸਪਤਾਲ ਦੇ ਵਿੱਚ ਡਾਕਟਰ ਜਿਹੜਾ ਉਹ ਜ਼ਿੰਮੇਵਾਰ ਬਣਾਤਾ, ਜਿਹੜਾ ਮੁੱਖ ਡਾਕਟਰ ਹੈ, ਕਿ ਕੋਈ ਵੀ ਦਵਾਈ ਮਰੀਜ਼ ਨੂੰ ਉਹ ਨਹੀਂ ਲਿਖੇਗਾ ਜਿਹੜੀ ਬਾਹਰੋਂ ਲਿਆਉਣੀ ਪਊ, ਸਾਰੀਆਂ ਦਵਾਈਆਂ ਅੰਦਰ ਮਿਲਣਗੀਆਂ ਬਿਲਕੁਲ ਮੁਫਤ। ਜੇ ਕੋਈ ਦਵਾਈ ਅੰਦਰ ਹੈ ਨਹੀਂ, ਡਾਕਟਰ ਲੈ ਕੇ ਆਊਗਾ, ਮਰੀਜ਼ ਨੂੰ ਨਹੀਂ ਜਾਣ ਦੇਵਾਂਗੇ ਬਾਹਰ, ਕਿਉਂਕਿ ਜਦੋਂ ਹੀ ਉਹ ਬਾਹਰ ਨਿਕਲਦਾ ਹੈ ਨਾ, ਦਵਾਈਆਂ ਉਹ ਲਿਖ ਦਿੰਦੇ ਨੇ ਜਿਹੜੀਆਂ ਬਾਹਰ ਮਿਲਦੀਆਂ ਮਹਿੰਗੀਆਂ, ਪਰ ਲੁੱਟਿਆ ਜਾਂਦਾ ਉਹ। ਐਕਸਰੇ, ਅਲਟਰਾਸਾਊਂਡ ਸਾਰੀਆਂ ਮਸ਼ੀਨਾਂ ਸਾਰੇ ਹਸਪਤਾਲ 'ਚ ਹੋਣਗੀਆਂ, ਫ੍ਰੀ ਹੋਣਗੀਆਂ। ਜਿਹੜੇ ਹਸਪਤਾਲ 'ਚ ਐਕਸਰੇ ਹੈ ਨਹੀਂ, ਬਾਹਰੋਂ ਅਸੀਂ ਭੇਜਾਂਗੇ ਲਿਖ ਕੇ। ਅਸੀਂ ਪ੍ਰਾਈਵੇਟ ਵਾਲਿਆਂ ਨਾਲ ਗੱਲ ਕਰ ਲਈ ਸਾਰਿਆਂ ਨਾਲ ਕਿ ਸਾਡਾ ਐਕਸਰੇ ਕਰਕੇ ਦੇ ਦਿਓ, ਪੈਸੇ ਗੌਰਮੈਂਟ ਦੇਊਗੀ। ਇਸ ਕਰਕੇ ਕਿਸੇ ਦਾ ਇਲਾਜ ਨਹੀਂ ਹੋਊਗਾ ਹੁਣ ਕਿ ਐਕਸਰੇ ਟਾਈਮ 'ਤੇ ਨਹੀਂ ਹੋਇਆ। ਸੋ ਗਰੀਬਾਂ ਵਾਸਤੇ ਹਸਪਤਾਲ ਜਿਹੜੇ ਨੇ ਉਹ ਖੁੱਲ੍ਹੇ ਨੇ ਔਰ ਹੁਣ ਸ਼ਾਨਦਾਰ ਹਸਪਤਾਲ ਬਣਨਗੇ। ਚਾਹੇ ਪੈਰਾਸੀਟਾਮੋਲ ਦੀ ਗੋਲੀ ਲੈਣੀ ਹੈ ਬੁਖਾਰ ਦੀ, ਚਾਹੇ ਕੋਈ 50 ਲੱਖ ਰੁਪਈਏ ਦਾ ਆਪਰੇਸ਼ਨ ਹੈ, ਰੱਬ ਨਾ ਕਰੇ ਕੋਈ ਇਹੋ ਜਿਹੀ ਬਿਮਾਰੀ ਆਵੇ, ਪਰ 1 ਰੁਪਈਆ ਤੁਹਾਡਾ ਪਾਰਕਿੰਗ ਦੀ ਫੀਸ ਵੀ ਨਹੀਂ ਲੱਗੂਗੀ ਵੀ ਉੱਥੇ ਜਾਣ ਦੀ। ਸਰਕਾਰਾਂ ਹੋਰ ਕਾਹਦੇ ਵਾਸਤੇ ਹੁੰਦੀਆਂ ਨੇ ਜੀ? ਸਰਕਾਰਾਂ ਸਹੂਲਤਾਂ ਦੇਣ ਵਾਸਤੇ ਹੁੰਦੀਆਂ ਨੇ, ਲੋਕਾਂ ਤੋਂ ਪੈਸਾ ਲੈ ਕੇ ਸਰਕਾਰਾਂ ਨੇ ਲੋਕਾਂ 'ਤੇ ਲਾਉਣਾ ਹੁੰਦਾ, ਪੈਸਾ ਤਾਂ ਤੁਹਾਡਾ ਹੀ ਹੈ ਨਾ, ਤੁਸੀਂ ਟੈਕਸ ਦਿੰਦੇ ਹੋ, ਪੈਸਾ ਤਾਂ ਤੁਹਾਡਾ। ਹੁਣ ਥੋੜ੍ਹੇ ਜਿਹੇ ਕੋਈ ਬੰਦੇ ਸੋਚਦੇ ਹੋਣਗੇ ਆਹ ਕੀ ਕਹੀ ਜਾਂਦਾ ਭਗਵੰਤ ਮਾਨ, ਅਸੀਂ ਕਦੋਂ ਟੈਕਸ ਦਿੰਦੇ ਹਾਂ, ਅਸੀਂ ਤਾਂ ਕਦੇ ਟੈਕਸ ਦਿੱਤੇ ਹੀ ਨਹੀਂ, ਸੋਚਦੇ ਹੋਵੋਗੇ। ਮੈਂ ਦੱਸਦਾ ਤੁਹਾਨੂੰ ਕਦੋਂ ਦਿੰਦੇ ਹੋ ਟੈਕਸ, ਤੜਕੇ ਹੀ ਉੱਠਦੇ ਹਾਂ ਗੁਰੂ ਸਾਹਿਬ ਦਾ ਨਾਂ ਲੈ ਕੇ, ਅੰਮ੍ਰਿਤ ਵੇਲੇ ਚਾਹ ਬਣਾਉਂਦੀ ਹੈ ਮਾਂ ਸਾਡੀ, ਪੱਤੀ ਪਾਉਂਦੀ ਹੈ ਟੈਕਸ, ਚਾਹ ਪੱਤੀ 'ਤੇ ਟੈਕਸ ਹੈ ਜਦੋਂ ਤੁਸੀਂ ਖਰੀਦਣ ਜਾਂਦੇ ਹੋ, ਖੰਡ ਪਾਉਂਦੀ ਹੈ ਟੈਕਸ, ਚੀਨੀ 'ਤੇ ਟੈਕਸ ਹੈ, ਦੁੱਧ ਪਾਉਂਦੀ ਹੈ ਟੈਕਸ, ਉਹ ਤੋਂ ਬਾਅਦ ਆਟਾ ਗੁੰਨਦੀ ਹੈ ਆਟੇ 'ਤੇ ਟੈਕਸ ਹੈ, ਉਹ ਤੋਂ ਬਾਅਦ ਤੁਸੀਂ ਫੋਨ ਕਰਦੇ ਹੋ ਉੱਠ ਕੇ ਕਿਸੇ ਨੂੰ ਟੈਕਸ ਹੈ, ਮੋਟਰਸਾਈਕਲ ਸਟਾਰਟ ਕਰਦੇ ਹੋ ਸ਼ਹਿਰ ਜਾਣ ਨੂੰ ਡੀਜ਼ਲ ਪੈਟਰੋਲ 'ਤੇ ਟੈਕਸ ਹੈ, ਆਉਂਦੇ ਹੋਏ ਸਬਜ਼ੀਆਂ ਲੈ ਕੇ ਆਉਂਦੇ ਹੋ
ਕੋਈ ਹੋਰ ਸਾਬਣ, ਕੋਈ ਹੋਰ ਜ਼ਰੂਰੀ ਚੀਜ਼ ਖਰੀਦ ਕੇ ਲਿਆਉਂਦੇ ਹੋ, ਟੈਕਸ ਹੈ। ਆ ਕੇ ਰੋਟੀ ਖਾ ਕੇ ਆਥੜੇ ਮੰਜੇ 'ਤੇ ਸੌਣ ਤੋਂ ਪਹਿਲਾਂ ਥੋੜ੍ਹਾ ਜਿਹਾ ਪੈ ਕੇ ਸੋਚਦੇ ਹੋ, ਚਲੋ ਹੁਣ ਨਹੀਂ ਕੋਈ ਟੈਕਸ। ਨਾ ਨਾ ਨਾ, ਪੱਖਾ ਚੱਲ ਰਿਹਾ ਤਾਂ ਟੈਕਸ ਹੈ, ਬਿਜਲੀ ਹੈ। ਫਿਰ ਤੜਕੇ ਉੱਠੋਗੇ, ਤੁਸੀਂ ਤਾਂ 24 ਘੰਟੇ ਟੈਕਸ ਦੇਈ ਜਾਂਦੇ ਹੋ। ਕੌਣ ਕਹਿੰਦਾ ਟੈਕਸ ਨਹੀਂ ਦਿੰਦੇ ਤੁਸੀਂ? ਸਹੀ ਹੈ ਨਾ ਗੱਲ, ਤੁਹਾਡੇ ਹੀ ਪੈਸਾ, ਟੈਕਸ ਤੁਹਾਡਾ ਹੈ, ਫਿਰ ਤੁਹਾਡੇ 'ਤੇ ਲਾਉਣ 'ਚ ਕੀ ਹਰਜ ਹੈ? ਸਾਨੂੰ ਹਸਪਤਾਲ ਤੁਹਾਨੂੰ ਬਣਾ ਦਈਏ, ਸਕੂਲ ਤੁਹਾਡੇ ਬੱਚਿਆਂ ਵਾਸਤੇ ਕਰ ਦਈਏ ਫ੍ਰੀ ਸਾਰੀ ਵਿੱਦਿਆ, ਅਤੇ ਬਿਜਲੀ ਤੁਹਾਨੂੰ ਫ੍ਰੀ ਆ ਜੇ। ਬਿਜਲੀ ਤਾਂ ਫ੍ਰੀ ਆਉਂਦੀ ਆ, ਆਉਂਦੀ ਹੁਣ, ਇਹੀ ਖੰਭੇ ਨੇ, ਇਹੀ ਤਾਰਾਂ ਨੇ, ਉਹੀ ਉਹੀ ਜਿਹੜੇ ਗ੍ਰਿਡ ਨੇ, ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਜੀ? ਨੀਤ ਨਹੀਂ ਸਾਫ਼ ਸੀ ਪਹਿਲਾਂ, ਪਹਿਲਾਂ ਨੀਤ ਨਹੀਂ ਸਾਫ਼ ਸੀ, ਪਹਿਲਾਂ ਲੁੱਟਣ 'ਤੇ ਲੱਗੇ ਹੋਏ ਸੀ, ਬਸ ਲੁੱਟ ਲਓ ਆਪਦੇ। ਉਹਨੇ ਆਪਦੇ ਘਰਦਿਆਂ ਤੋਂ ਬਿਨਾਂ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ ਸੀ, ਪੁੱਤ ਭਤੀਜੇ ਸਾਲੇ ਜੀਜੇ ਬਸ ਲੱਗੇ ਹੋਏ ਸੀ, ਬਸ ਵੀ ਪਤਾ ਨਹੀਂ ਜਿਵੇਂ ਗਿਰਜਾਂ ਨੋਚਦੀਆਂ ਨਾ, ਗਿਰਜਾਂ ਐਂ ਨੋਚਦੇ ਸੀ ਮਾਂ ਸਾਡਾ। ਹੁਣ ਠੱਲ ਪਾਈ ਹੈ, ਕਹਿੰਦੇ ਪੈਸੇ ਕਿੱਥੋਂ ਆ ਰਹੇ ਨੇ? ਅਸੀਂ ਕਿਹਾ ਜੀ ਪਹਿਲਾਂ ਤਾਂ ਲੀਕੇਜ ਬੰਦ ਕਰਤੀ, ਹੁਣ ਇੱਕ ਖਾਲ ਜਾਂਦਾ, ਜੇ ਉਹ 'ਚੋਂ ਖੱਡਾਂ ਪਈ ਜਾਣ ਕਿਆਰੇ ਤੱਕ ਪਾਣੀ ਪਹੁੰਚੂ। ਪੰਜਾਬ ਦੀ ਜਨਤਾ ਇੱਕ ਕਿਆਰਾ ਹੈ, ਜਿਹੜਾ ਖਾਲ ਹੈ, ਟਿਊਬਵੈੱਲ ਲੱਗ ਗਿਆ, ਖਾਲ ਜਿਹੜਾ ਉਹ ਗੌਰਮੈਂਟ ਕੋਲ ਹੈ, ਉਹਨਾਂ ਨੇ ਇੱਧਰ ਕੱਢ ਲਿਆ ਵਿੱਚੋਂ, ਇੱਧਰ ਕੱਢ ਲਿਆ, ਇੱਧਰ ਕੱਢ ਲਿਆ, ਕਿਆਰੇ ਤੱਕ ਤਾਂ ਜਾਂਦਾ ਹੀ ਨਹੀਂ। ਕਿਆਰਾ ਤਾਂ ਸੁੱਕਾ ਸੀ 70 ਸਾਲ ਤੋਂ, ਅਸੀਂ ਸਭ ਤੋਂ ਪਹਿਲਾਂ ਤਾਂ ਉਹ ਖੱਡਾਂ ਬੰਦ ਕੀਤੀਆਂ ਜਿਹੜੀਆਂ ਇਹਨਾਂ ਨੇ ਲੀਕੇਜ ਕਹਿੰਦੇ ਜਿਹਨੂੰ ਆਪਾਂ, ਉਹ ਖੱਡਾਂ ਬੰਦ ਕੀਤੀਆਂ, ਕਿਆਰੇ ਤੱਕ ਪਾਣੀ ਪਹੁੰਚਾਇਆ, ਟਿਊਬਵੈੱਲ ਦੀ ਥੋੜ੍ਹੀ ਜਿਹੀ ਮੁਰੰਮਤ ਕੀਤੀ ਕਿ ਵਧੀਆ ਚਲਾਈਏ ਇਹਨੂੰ, ਇਹਦੀ ਮੁਰੰਮਤ ਕਰਕੇ ਅੱਜ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ 'ਚ ਲੋਕਾਂ ਵਾਸਤੇ ਕਿਸੇ 1 ਰੁਪਈਏ ਦੀ ਵੀ ਕਮੀ ਨਹੀਂ। 2 ਸਾਲ ਹੋਣ ਵਾਲੇ ਨੇ, 16 ਮਾਰਚ ਨੂੰ 2000 ਸਾਲ ਹੋ ਜਾਣਗੇ। 2 ਸਾਲਾਂ 'ਚ ਤੁਸੀਂ ਮੇਰੇ ਜਾਂ ਮੇਰੇ ਕਿਸੇ ਮੰਤਰੀ ਦੇ ਮੂੰਹੋਂ ਇਹ ਗੱਲ ਸੁਣੀ ਹੈ ਕਿ ਖਜ਼ਾਨਾ ਖਾਲੀ ਹੈ? ਕਿਉਂ ਖਾਲੀ ਹੈ ਵੀ? ਲੋਕਾਂ ਵਾਸਤੇ ਖਜ਼ਾਨਾ ਹੈਗਾ, ਨੀਅਤ ਸਾਫ਼ ਹੈ ਤਾਂ ਖਜ਼ਾਨਾ ਭਰਿਆ ਹੋਇਆ। ਅਤੇ ਆ ਇੱਦੂ ਪਹਿਲਾਂ ਵਾਲੇ ਜਿਹੜੇ ਸੀਗੇ ਉਹਨਾਂ ਨੇ ਕਦੇ ਐਂ ਕਿਹਾ ਵੀ ਖਜ਼ਾਨਾ ਭਰਿਆ ਹੋਇਆ? ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਖਾਲੀ ਹੈ ਜੀ, ਜਿਹੜਾ ਆਉਂਦਾ ਖਜ਼ਾਨਾ ਖਾਲੀ ਹੈ ਜੀ। ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ? ਉਹਨੂੰ ਪੀਪਾ ਕਹੋ, ਜਦੋਂ ਕੁਝ ਹੈ ਹੀ ਨਹੀਂ ਉਹ ਕਹਿੰਦਾ ਖਜ਼ਾਨਾ ਹੈ ਜੀ, ਉਹ ਤਾਂ ਪੀਪਾ ਹੈ। ਖਜ਼ਾਨਾ ਤਾਂ ਉਹ ਹੁੰਦਾ ਜਿਹਦੇ 'ਚ ਕੁਝ ਹੋਵੇ। ਸੋ ਨੌਜਵਾਨ ਮੁੰਡੇ ਕੁੜੀਆਂ ਜਦੋਂ ਇਹ ਦੇਖਦੇ ਨੇ ਕਿ ਸਾਡਾ ਵਿੱਤ ਮੰਤਰੀ ਉਹ ਕਹੀ ਜਾਂਦਾ ਖਜ਼ਾਨਾ ਖਾਲੀ ਹੈ, ਇੱਥੇ ਕੀ ਬਣੂ ਆਪਣਾ? ਚਲੋ ਬਾਹਰਲੇ ਮੁਲਕਾਂ ਨੂੰ ਵੇਚ ਦਿਓ, ਮਾਂ ਦੀਆਂ ਵਾਲੀਆਂ ਵੇਚ ਦਿਓ, ਪਿਓ ਦੀ ਜ਼ਮੀਨ, ਬਾਹਰਲੇ ਮੁਲਕਾਂ ਨੂੰ ਭੱਜ ਕੇ ਉੱਥੇ ਜਾ ਕੇ ਤੰਗ ਹੋਈ ਜਾਂਦੇ ਹਾਂ। ਸੋ ਇਸ ਕਰਕੇ ਆਪਾਂ ਆਪਣੇ ਮੁਲਕ ਨੂੰ ਹੀ ਠੀਕ ਕਰਾਂਗੇ, ਆਪਾਂ ਆਪਣੇ ਦੇਸ਼ ਪੰਜਾਬ ਨੂੰ ਠੀਕ ਕਰਾਂਗੇ। ਆਹ ਗੁਰੂਆਂ ਦੀ, ਆਹ ਸ਼ਹੀਦਾਂ ਦੀ, ਪੀਰਾਂ ਫਕੀਰਾਂ ਦੀ ਧਰਤੀ ਹੈ, ਐਸੇ ਨੂੰ ਠੀਕ ਕਰਾਂਗੇ ਦੁਨੀਆ 'ਤੇ। ਮੇਰੀ ਗੱਲ ਮੰਨ ਲਓ, ਮੈਂ ਪੂਰੀ ਦੁਨੀਆ ਘੁੰਮੀ ਹੋਈ ਹੈ, ਇਹਦੇ ਵਰਗੀ ਧਰਤੀ ਦੁਨੀਆ 'ਤੇ ਕਿਤੇ ਹੈ ਨਹੀਂ ਭਾਈ, ਪੰਜਾਬ ਵਰਗੀ। 150 ਮਣ ਦਾਣੇ ਪੈਦਾ ਕਰਦੀ ਹੈ, 90 ਮਣ ਝੋਨਾ, 60 ਮਣ ਕਣਕ ਇੱਕ ਸਾਲ 'ਚ, ਦੁਨੀਆ 'ਚ ਨਹੀਂ ਹੈ ਕੋਈ ਧਰਤੀ। ਔਰ ਚਰਨ ਛੋਹ ਪ੍ਰਾਪਤ ਧਰਤੀ ਹੈ, ਲੋਕ ਮਿਹਨਤੀ ਨੇ। ਕਮੀ ਕਾਹਦੀ ਸੀ? ਬਸ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਸੀ। ਆਪਾਂ ਤਾਂ ਉਹਨਾਂ ਦੇ ਹੱਕ 'ਚ ਬਹੁਤ ਵਾਰੀ ਭੁਗਤੇ, ਪਰ ਉਹ ਆਪਣੇ ਹੱਕ 'ਚ 1 ਵਾਰੀ ਵੀ ਨਹੀਂ ਭੁਗਤੇ। ਹੁਣ ਕੱਢ ਰਿਹਾ ਉਹਨਾਂ ਦੇ, ਔਰ ਜਿਹੜੇ ਪਹਾੜ ਖਰੀਦ ਰੱਖੇ ਨੇ, ਉਹ ਸਾਰੀਆਂ ਕਬਜ਼ੇ ਕਰ ਰੱਖੇ ਨੇ ਜ਼ਮੀਨਾਂ 'ਤੇ, ਹੋਟਲ ਦੱਬ ਲਏ, ਉਹਦੇ ਬੱਸਾਂ ਦੱਬ ਲਈਆਂ,
ਪਤਾ ਨਹੀਂ ਤਾਂ ਨਾਲ ਲੈ ਕੇ ਜਾਣੇ, ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਆ ਸਕਦੇ ਨੇ ਨਾਲ। ਹੋਰ ਤਾਂ ਕੋਈ ਇੰਨਾ ਕੋਈ ਇੰਨੀ ਤਾਂ ਕੋਈ ਤਮਾ ਹੋਣੀ ਨਹੀਂ ਚਾਹੀਦੀ। ਖਾਣੀਆਂ ਤਾਂ ਉਹ ਖਾਣੀਆਂ ਤਾਂ ਦੋ ਤਿੰਨ ਰੋਟੀਆਂ ਹੀ ਨੇ, ਬਾਹਲੇ ਪੈਸੇ ਹੋ ਜਾਣ। ਡਾਕਟਰ ਰੋਟੀ ਵੀ ਬੰਦ ਕਰਦਾ ਅੱਜ ਕੱਲ੍ਹ, ਵੀ ਕਰੇਲੇ ਦਾ ਸੂਪ ਵੀ ਪੀ ਨਹੀਂ ਤਾਂ ਕੰਮ ਖਤਮ ਹੈ, ਤੇ ਰੋਟੀਆਂ ਵੀ ਬੰਦ ਕਰ, ਕਾਹਦੇ ਵਾਸਤੇ ਪੈਸੇ ਇਕੱਠੇ ਕਰੀ ਜਾਂਦੇ ਹੋ ਯਾਰ? ਜਿਤਨੇ ਮਰਜ਼ੀ ਇਕੱਠੇ ਕਰ ਲਓ, ਪੈਸੇ ਹੀਰੇ ਮੋਤੀ, ਮਗਰ ਖਿਆਲ ਇਤਨਾ ਰਹੇ ਕਫਨ ਪੇ ਜੇਬ ਨਹੀਂ ਹੋਤੀ। ਸਭ ਕੁਛ ਇੱਥੇ ਰਹਿ ਜਾਣਾ, ਸਭ ਕੁਛ ਇੱਥੇ ਹੀ ਰਹਿ ਜਾਣਾ। ਬਸ ਗਰੀਬਾਂ ਦੀਆਂ ਬਾਦਦੁਆਵਾਂ ਨਾ ਲਓ, ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ, ਸਿੱਧਾ ਰਸਤਾ ਭਾਈ, ਕੋਈ ਬਾਈਪਾਸ ਨਹੀਂ ਹੈਗਾ ਉਹ 'ਚ। ਗਰੀਬ ਦੀ ਹਾ ਸਿੱਧੀ ਪਰਮਾਤਮਾ ਦੀ ਦਰਗਾਹ 'ਚ ਜਾਂਦੀ ਹੈ। ਨਾ ਲਓ ਬਾਦਦੁਆਵਾਂ ਗਰੀਬਾਂ ਦੀਆਂ, ਮੈਂ ਪਹਿਲਾਂ ਤੋਂ ਕਹਿੰਦਾ ਰਿਹਾ ਉਹ ਨਾ ਲਓ, ਨਾ ਮੰਨੇ ਹੀ ਨਹੀਂ। ਫਿਰ ਕਰਤਾ ਕੰਮ ਤੁਸੀਂ ਸਾਰਾ 2022 'ਚ, ਉਹ ਪਿਓ ਦਾਦਿਆਂ ਤੋਂ ਲੈ ਕੇ ਜਿਹੜੇ ਕਹਿੰਦੇ ਸੀ ਅਸੀਂ ਹਾਰਦੇ ਨਹੀਂ ਹੁੰਦੇ, 70-70 ਹਜ਼ਾਰ ਤੇ ਮਾਂਜ ਤੇ ਹੁਣ ਬੈਠੇ ਨੇ, ਹੁਣ ਮੈਨੂੰ ਗਾਲਾਂ ਕੱਢੀ ਜਾਂਦੇ ਨੇ। ਉਹਦਾ ਇੱਕ ਨੇ ਸ਼ੁਰੂ ਕਰ ਲਈ, ਕਹਿੰਦੇ ਪੰਜਾਬ ਬਚਾਓ ਯਾਤਰਾ। ਮੈਂ ਕਿਹਾ ਤੁਹਾਡੇ ਤੋਂ ਬਚਾਇਆ ਹੈ ਜੀ, ਹੁਣ ਪਰਿਵਾਰ ਬਚਾਓ ਯਾਤਰਾ ਹੋ ਸਕਦੀ ਆ ਉਹ, ਵੀ ਸਾਡਾ ਟੱਬਰ ਬਚਾਓ, ਕਿਉਂਕਿ ਸਾਰਾ ਟੱਬਰਾਂ ਟੱਬਰ ਤੁਸੀਂ ਠੋਕ ਕੇ ਰੱਖਤੇ। ਸੋ ਇਹ ਘਬਰਾਹ ਕਰਦੇ ਆ ਆਮ ਜਵਾਕਾਂ ਦੇ, ਆਮ ਤੁਹਾਡੇ ਵਰਗੇ ਪੋਤਿਆਂ ਦੇ, ਚਾਚੇ ਤਾਇਆਂ ਦੇ, ਭਤੀਜਿਆਂ ਦੇ ਹੱਥਾਂ 'ਚ ਇਹ ਕਲਮਾਂ ਦੇਖ ਨਹੀਂ ਸਕਦੇ। ਤੁਹਾਡਾ ਰਾਜ ਆ ਗਿਆ, ਕਿਸੇ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ। ਹੁਣ ਜਿਵੇਂ ਕਹੋਗੇ ਉਵੇਂ ਚੱਲਾਂਗੇ। ਅਸੀਂ ਤਾਂ ਇਹ ਹਾਂ ਕਿ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ, ਕੋਈ ਉਹੋ ਜਿਹੇ ਸਾਇਨ ਨਾ ਕਰਾ ਦੀ ਪਰਮਾਤਮਾ, ਜਿਹਦੇ ਨਾਲ ਕੋਈ ਗਲਤ ਫੈਸਲਾ ਹੋ ਜਾਵੇ। ਇਹੋ ਜਿਹੇ ਸਾਇਨ ਕਰਾਈ ਕਿ ਕਿਸੇ ਘਰ ਦਾ ਚੁੱਲ੍ਹਾ ਚੱਲ ਪਏ, ਕਿਸੇ ਦੀ ਕਬੀਲਦਾਰੀ ਲੀਹ 'ਤੇ ਆ ਜਾਵੇ। ਮੇਰੇ ਕਰਕੇ ਜੇ 2-4 ਵੀ ਜ਼ਿੰਦਗੀਆਂ ਬਦਲ ਗਈਆਂ ਤਾਂ ਇਦੋਂ ਵੱਡਾ ਪੁੰਨ ਕੋਈ ਨਹੀਂ ਜੀ ਅੱਜ ਦੇ ਜ਼ਮਾਨੇ 'ਚ। ਸੋ ਆਹ ਸੋਚ ਰੱਖ ਕੇ ਅਸੀਂ ਚੱਲਦੇ ਹਾਂ। ਅਤੇ ਹੁਣ ਜੋ ਵੀ ਤੁਸੀਂ, ਕਿਉਂਕਿ ਮੈਂ ਉਸ ਜਗ੍ਹਾ 'ਤੇ ਆਇਆ ਜਿੱਥੇ ਮੈਂ ਸ਼ਰਧਾਲੂ ਬਣ ਕੇ ਆਇਆ, ਮੈਂ ਕੋਈ ਇੱਥੇ ਮੁੱਖ ਮੰਤਰੀ ਦੇ ਤੌਰ 'ਤੇ ਨਹੀਂ ਆਇਆ, ਕਿਉਂਕਿ ਬਖਸ਼ਿਸ਼ਾਂ ਤਾਂ ਇਹਨਾਂ ਦੀਆਂ ਨੇ, ਵੰਡਣ ਵਾਲੇ ਤਾਂ ਇਹੀ ਨੇ। ਮੇਰੀ ਦਾਦੀ ਮੈਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦੀ ਹੁੰਦੀ ਸੀ ਛੋਟੇ ਹੁੰਦੇ। ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਜਦੋਂ ਉਦਾਸੀਆਂ 'ਤੇ ਸੀ ਤਾਂ ਬਾਣੀ ਵੀ ਉਚਰਦੇ ਸੀ ਨਾਲ ਨਾਲ, ਕਿਸੇ ਪਿੰਡ ਦੀ ਜੂਹ 'ਤੇ ਬੈਠੇ। ਸਵੇਰੇ ਸਵੇਰੇ ਗੁਰੂ ਸਾਹਿਬ ਨੇ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆਂ ਰਬਾਬ ਛੇੜ, ਬਾਣੀ ਉਚਰੀਏ। ਗੁਰੂ ਸਾਹਿਬ ਨੇ ਬਾਣੀ ਉਚਰੀ, ਆ ਚਾਰੇ ਕੂੰਠਾਂ 'ਚ ਗਈ ਆਵਾਜ਼, ਸੁਰਮਈ ਮਾਹੌਲ ਹੋਇਆ, ਜਿਵੇਂ ਭਾਈ ਸਾਹਿਬ ਕੀਰਤਨ ਕਰ ਰਹੇ ਸੀ। ਤਦ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ, ਓਏ ਕੋਈ ਫਕੀਰ ਆ ਗਿਆ ਆਪਣੇ ਪਿੰਡ ਦੀ ਜੂਹ 'ਤੇ, ਉਹ ਸਿੱਧੀ ਰੱਬ ਨਾਲ ਆ, ਓਏ ਉਹਦੀ, ਚਲੋ ਉਹਦੀ ਸਤਸੰਗ ਕਰ ਲਈਏ, ਕਿਸਮਤਾਂ ਪਲਟ ਦੂਗਾ। ਲੋਕ ਉੱਠ ਕੇ ਚਲੇ ਗਏ। ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਤੁਸੀਂ ਕਿੱਧਰ? ਕਹਿੰਦੇ ਤੁਹਾਡੇ ਨਾਲ ਚੱਲਾਂਗੇ। ਗੁਰੂ ਸਾਹਿਬ ਕਹਿੰਦੇ, ਭਾਈ ਸਾਡੇ ਰਾਹ ਔਖੇ ਨੇ, ਅਸੀਂ ਸੱਚ ਦੇ ਰਾਹਾਂ ਦੇ ਪਾਂਧੀ ਹਾਂ, ਤੁਹਾਡੇ ਤੋਂ ਚੱਲਿਆ ਨਹੀਂ ਜਾਣਾ। ਕਹਿੰਦੇ ਨਾ ਹੀ ਚੱਲਾਂਗੇ। ਕਹਿੰਦੇ ਚਲੋ ਆ ਜਾਓ। ਤੁਰੇ ਗਏ, ਅੱਗੇ ਚਾਂਦੀ ਦੇ ਢੇਰ ਆ ਗਏ, ਆਲੇ ਦੁਆਲੇ ਚਾਂਦੀ ਦੇ ਢੇਰ ਲੱਗੇ ਹੋਏ। ਜਿਹਨਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ, ਕਹਿੰਦੇ ਮਾਰੋ ਗੋਲੀ, ਸੱਚ ਨੂੰ ਕੰਮ ਬਣ ਗਿਆ ਪਹਿਲਾਂ ਹੀ ਆਪਣਾ ਤਾਂ। ਉਹ ਤਾਂ ਮੁੜ ਗਏ ਜੀ, ਅੱਧਾ ਰਹਿ ਗਿਆ ਕਾਫਲਾ। ਗੁਰੂ ਸਾਹਿਬ ਨੇ ਪੁੱਛਿਆ, ਭਾਈ ਤੁਸੀਂ? ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ, ਅਸੀਂ ਤਾਂ ਜਾਵਾਂਗੇ। ਕਹਿੰਦੇ ਰਾਹ ਔਖੇ ਆ ਸਕਦੇ ਨੇ? ਉਹ ਕਹਿੰਦੇ ਕੋਈ ਗੱਲ ਨਹੀਂ। ਤੁਰੇ ਗਏ, ਗਾਹਾਂ ਸੋਨੇ ਦੇ ਢੇਰ ਆ ਗਏ। ਉਹਨਾਂ ਨੇ ਸੋਨਾ ਚੱਕ ਲਿਆ, ਕਹਿੰਦੇ ਚਾਂਦੀ ਵਾਲੇ ਨਾਲੋਂ ਵਧੀਆ ਰਹਿ ਗਏ ਲੈ, ਥੋੜ੍ਹਾ ਜਿਹਾ ਸਬਰ ਕਰਕੇ। ਬੰਦੇ ਹੀ 10 ਰਹਿ ਗਏ ਜੀ। ਇਹ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਮੈਨੂੰ, ਇਹ ਮੈਂ ਤਾਂ ਸੁਣਾ ਰਿਹਾ ਕਿ ਖਜ਼ਾਨਾ ਜਿਹੜਾ ਹੁੰਦਾ ਨਾ ਵੰਡਣ ਵਾਲਾ, ਜਿਹੜਾ ਉਹ ਕੀ ਹੁੰਦਾ, ਉਹ ਤਾਂ ਗੱਲ ਚੱਲੀ ਆਪਣੀ। ਤਾਂ 10 ਬੰਦੇ ਨੂੰ ਕਿਹਾ, ਤੁਸੀਂ ਬਈ? ਕਹਿੰਦੇ ਅਸੀਂ ਸੋਨਾ ਚਾਂਦੀ ਵਾਲੇ ਨਹੀਂ ਗੁਰੂ ਜੀ, ਅਸੀਂ ਤਾਂ ਨਾਲ ਚੱਲਾਂਗੇ। ਗੁਰੂ ਜੀ ਕਹਿੰਦੇ ਰਾਹ ਔਖੇ ਆ ਸਕਦੇ ਨੇ ਭਾਈ? ਕਹਿੰਦੇ ਆ ਜਾਣ ਦਿਓ।
ਤੁਰੇ ਗਏ ਗਾਹਾਂ ਹੀਰੇ ਮੋਤੀਆਂ ਦੇ ਢੇਰ ਆ ਗਏ। ਉਹਨਾਂ 10 ਬੰਦਿਆਂ ਨੇ ਹੀਰੇ ਮੋਤੀ ਚੱਕੇ। ਉਹ ਕਹਿੰਦੇ ਆਪਾਂ ਦੋਨਾਂ ਨਾਲੋਂ ਹੀ ਵਧੀਆ ਰਹਿ ਗਏ, ਸੋਨੇ ਚਾਂਦੀ ਵਾਲੇ ਨਾਲੋਂ। ਰਹਿ ਗਿਆ ਇਕੱਲਾ ਬਾਬਾ ਮਰਦਾਨਾ। ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆ ਤੂੰ? ਬਾਬਾ ਮਰਦਾਨਾ ਕਹਿੰਦਾ ਬਾਬਾ ਮੈਂ ਤਾਂ ਨਹੀਂ ਜਾਂਦਾ, ਮੈਂ ਤਾਂ ਤੁਹਾਡੇ ਨਾਲ ਹੀ ਰਹੂੰਗਾ, ਮੈਂ ਤਾਂ ਉਹਨਾਂ ਤੋਂ ਅਮੀਰ ਹਾਂ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ, ਤੂੰ ਉਹਨਾਂ ਤੋਂ ਅਮੀਰ ਕਿਵੇਂ? ਬਾਬਾ ਮਰਦਾਨਾ ਕਹਿੰਦਾ, ਬਾਬਾ ਜੀ ਕਹਿੰਦਾ, ਗੁਰੂ ਜੀ ਉਹਨਾਂ ਕਮਲਿਆਂ ਨੂੰ ਮੈਂ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਘਰਾਂ ਨੂੰ ਮੁੜ ਗਏ ਆਪਣੇ ਆਪ ਨੂੰ ਅਮੀਰ ਸਮਝ ਕੇ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਹਾਂ, ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਹੈ ਜਦੋਂ ਉਹੀ ਮੇਰੇ ਨਾਲ ਤੋਂ ਰਹਿ ਜਾਂਦਾ, ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਨਾਲ? ਇਹ ਜਿਹੜੇ ਗੁਰੂ ਸਾਹਿਬ ਦੇ ਆਪਾਂ ਜਿੱਥੇ ਚਰਨਾਂ 'ਚ ਆਇਆ, ਇਹ ਤਾਂ ਦਾਤਾਂ ਵੰਡਣ ਵਾਲੇ ਨੇ। ਸੋ ਆਪਾਂ ਮੈਂ ਕਹਿੰਦਾ ਤੁਸੀਂ ਮੰਗ ਪੱਤਰ ਨਾ ਕਹੋ, ਉਹਨੂੰ ਹੱਕ ਪੱਤਰ ਕਹੋ। ਇਹ ਤੁਹਾਡਾ ਹੱਕ ਬਣਦਾ ਹੈ, ਤੁਹਾਡੇ ਹੱਕ ਮੰਗੇ, ਤੁਸੀਂ ਹੱਕ ਮੰਗਦੇ ਹੋ। ਕਦੇ ਵੀ ਕਿਸੇ ਕਿਸਮ ਦਾ ਕੋਈ ਵੀ ਸਰਕਾਰ ਨਾਲ ਕੰਮ ਹੋਵੇ, ਕੋਈ ਹੁਣ ਤਾਂ ਅਸੀਂ ਇਹ ਵੀ ਕਰਤਾ ਕਿ ਪਿੰਡਾਂ 'ਚ ਆ ਕੇ ਤੁਹਾਡੇ ਕੋਲ ਰਾਸ਼ਨ ਕਾਰਡ ਬਣਨਗੇ, ਕੋਈ ਆਧਾਰ ਕਾਰਡ ਦਾ ਪੰਗਾ ਹੈ, ਕੋਈ ਜਨਮ ਸਰਟੀਫਿਕੇਟ ਬਣਾਉਣਾ ਹੈ, ਕੋਈ ਜਾਤੀ ਸਰਟੀਫਿਕੇਟ ਬਣਾਉਣਾ ਹੈ, ਕੋਈ ਵੀ ਸਰਕਾਰ ਦਾ ਕੰਮ ਹੈ ਜਿਹੜਾ ਤੁਹਾਨੂੰ ਜਾਣਾ ਪੈਂਦਾ ਸੀ ਪਹਿਲਾਂ ਤਹਿਸੀਲਾਂ 'ਚ ਕਚਹਿਰੀਆਂ 'ਚ ਸਰਕਾਰੀ ਦਫ਼ਤਰਾਂ 'ਚ ਹੁਸ਼ਿਆਰਪੁਰ ਜਾਂ ਗੜਸ਼ੰਕਰ, ਇੱਥੇ ਆਇਆ ਕਰਨਗੇ ਉਹ ਅਫਸਰ। ਇੱਥੇ ਆ ਕੇ ਕੈਂਪ ਲਾਉਣਗੇ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਬੋਲ ਕੇ, ਇੱਥੇ ਹੀ ਕੰਮ ਕਰੋ। ਬੜੇ ਬਜ਼ੁਰਗ ਇਹੋ ਜਿਹੇ ਨੇ ਜਿਹਨਾਂ ਤੋਂ ਨਹੀਂ ਜਾਇਆ ਜਾਂਦਾ, ਸਾਧਨ ਹੈ ਨਹੀਂ, ਕੀ ਕਰਨ ਫਿਰ ਉਹ? ਵੋਟਾਂ ਮੈਂ ਗੱਲ ਕਹੀ, ਮੈਂ ਕਿਹਾ ਵੋਟਾਂ ਮੰਗਣ ਵੇਲੇ ਤਾਂ ਆਪਾਂ ਘਰ ਘਰ ਚਲੇ ਜਾਂਦੇ ਹਾਂ ਅਤੇ ਜਿੱਤ ਕੇ ਕਹਿੰਦੇ ਨੇ ਚੰਡੀਗੜ੍ਹ ਆ ਜਾਓ। ਨਾ ਨਾ, ਜਿੱਤਣ ਤੋਂ ਬਾਅਦ ਵੀ ਘਰ ਘਰ ਜਾਈਏ। ਸੋ ਆਪ ਸਰਕਾਰ ਤੁਹਾਡੇ ਦੁਆਰ, ਇਹ ਪ੍ਰੋਗਰਾਮ ਹੈ ਤੁਹਾਡੇ ਪਿੰਡਾਂ 'ਚ ਅਨਾਊਂਸਮੈਂਟ ਹੋ ਕੇ ਇੱਥੇ ਕੰਮ ਹੋਣਗੇ। ਕੋਈ ਪੈਸਾ ਅਫਸਰ ਨਹੀਂ ਲੈ ਸਕਦਾ, ਔਰ ਕੰਮ ਹੋਣਗੇ ਅਤੇ ਨਾਲ ਰਾਸ਼ਨ ਵੀ ਘਰੇ ਤੁਹਾਡੇ ਘਰੇ ਫੜਾ ਕੇ ਜਾਵਾਂਗੇ। ਆਟਾ ਲੈਣਾ ਆਟਾ ਲੈ ਲਿਓ, ਜੇ ਕਣਕ ਲੈਣੀ ਹੈ ਤਾਂ ਕਣਕ ਲੈ ਲਿਓ, ਇਹ ਤੁਹਾਡੀ ਮਰਜ਼ੀ ਹੈ। ਜੇ ਡੀਪੂ ਤੋਂ ਲੈਣਾ ਡੀਪੂ ਵੀ ਹੈਗਾ, ਪਰ ਜੇ ਤੁਸੀਂ ਕਹਿੰਦੇ ਘਰੇ ਮੰਗਾਓ, ਅਸੀਂ ਘਰੇ ਵੀ ਉਸ ਵੇਲੇ ਦੇ ਕੇ ਜਾਵਾਂਗੇ ਜਦੋਂ ਤੁਸੀਂ ਘਰੇ ਹੋਵੋਗੇ। ਤੁਸੀਂ ਕਹੋਗੇ ਜੀ ਮੈਂ 7 ਵਜੇ ਆਉਣਾ, 7 ਵਜੇ ਆ ਜਾਣਗੇ। ਔਰ ਕਣਕ ਜਾਂ ਆਟਾ ਉਹਦੀ ਕੁਆਲਿਟੀ ਉਹ ਹੋਊਗੀ, ਜਿਹੜਾ ਆਟਾ ਮੈਂ ਅਤੇ ਮੇਰਾ ਪਰਿਵਾਰ ਖਾਂਦੇ ਹਾਂ, ਜਿਸ ਆਟੇ ਦੀ ਰੋਟੀ ਬਿਲਕੁਲ ਉਸੇ ਕੁਆਲਿਟੀ ਦੇ ਆਟੇ ਦੀ ਰੋਟੀ ਤੁਹਾਡੇ ਬੱਚਿਆਂ ਵਾਸਤੇ ਵੀ ਆਊ। ਇਹ ਨਹੀਂ ਹੈਗਾ ਪਹਿਲਾਂ ਵਾਲੇ ਵਾਂਗੂ ਉਹ ਸੁਸਰੀ ਵਾਲੀ ਕਣਕ ਦੇ ਤੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ, ਉਹ ਇਹੋ ਜਿਹੀ ਕਣਕ ਜਿਹਨੂੰ ਮਤਲਬ ਜਮਾਂ ਹੀ ਝਾਰ ਹੀ ਦੇਤਾ ਜਮਾਂ ਬਸ ਕਰ ਲਈ, ਉਹ ਅਜਿਹਾ ਕੁਛ ਨਹੀਂ ਕਰਦੇ। ਇਹ ਸਭ ਗੁਰੂ ਸਾਹਿਬ ਦੀ ਕਿਰਪਾ ਕਿ ਉਹ ਸਾਨੂੰ ਸਮੱਤ ਬਖਸ਼ ਰਹੇ ਨੇ। ਹਰ ਵਕਤ ਤੁਹਾਡੇ ਨਾਲ ਖੜਾਂਗੇ, ਜਿੱਥੇ ਵੀ ਕੋਈ ਕੰਮ ਹੋਵੇ ਕਿਸੇ ਕਿਸਮ ਦਾ, ਆਪਣੇ ਪੁੱਤ ਪੋਤੇ ਆਪਣੇ ਭਤੀਜੇ ਆਪਣੇ ਚਾਚੇ ਤਾਏ ਸਮਝ ਕੇ ਸਾਡੇ ਨਾਲ ਗੱਲ ਕਰ ਲਿਓ। ਬਸ ਇਹੀ ਅਰਦਾਸ ਕਰਦੇ ਹਾਂ। ਸਾਨੂੰ ਸਭ ਨੂੰ 647ਵੇਂ ਪ੍ਰਕਾਸ਼ ਉਤਸਵ ਦੀ ਵਧਾਈ ਵੀ ਦਿੰਦੇ ਹਾਂ, ਅਤੇ ਨਾਲ ਇਹ ਵੀ ਮੈਂ ਕਹਿੰਦਾ 650ਵਾਂ ਇੱਥੇ ਹੀ ਮਨਾਵਾਂਗੇ। ਉਦੋਂ ਤੱਕ ਇਹਨੂੰ ਪੂਰਾ ਇਲਾਕੇ ਨੂੰ ਆਪਾਂ ਡਿਵੈਲਪ ਕਰ ਲਾਂਗੇ। 2-3 ਸਾਲ ਪਏ ਨੇ ਅਜੇ, ਦੁਨੀਆ ਇੱਥੇ ਆ ਕੇ ਦੇਖ ਕੇ ਜਾਇਆ ਕਰੂ ਕਿ ਕੀ ਬਣਾਇਆ। ਉਹਦੇ ਨਾਲ ਰੋਜ਼ਗਾਰ ਵੀ ਮਿਲੂਗਾ ਅਤੇ ਆਪਣਾ ਸੜਕਾਂ ਬਣਨਗੀਆਂ, ਹੋਰ ਬਹੁਤ ਕੁਛ ਨਵੇਂ ਰੋਜ਼ਗਾਰ ਦੇ ਰਸਤੇ ਖੁੱਲ੍ਹਣਗੇ, ਕਿਉਂਕਿ ਇਲਾਕਾ ਬੀਤ ਦਾ ਇਲਾਕਾ ਹੈ ਅਤੇ ਇੱਥੇ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਸਾਡਾ ਫਰਜ਼ ਹੈ। ਬਹੁਤ ਬਹੁਤ ਤੁਹਾਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਾਂ। ਮੈਨੂੰ ਇੰਨੇ ਪਿਆਰ ਸਤਿਕਾਰ ਨਾਲ ਤੁਸੀਂ ਸੁਣਿਆ, ਨਹੀਂ ਤਾਂ ਅੱਜ ਕੱਲ੍ਹ ਕੌਣ ਲੀਡਰਾਂ ਨੂੰ ਸੁਣਦਾ? ਉਹ ਤਾਂ ਵਿਚਾਰੇ ਧੱਕੇ ਨਾਲ ਦਿਹਾੜੀਆਂ ਦੁਹੜੀਆਂ 'ਤੇ ਲਿਆ ਕੇ ਜਲੇਬੀਆਂ ਜਲੂਬੀਆਂ ਖਵਾ ਕੇ ਬਿਠਾਉਣੇ ਪੈਂਦੇ ਆ,
ਪਰ ਤੁਸੀਂ ਮੈਨੂੰ ਇੱਦਾਂ ਹੀ ਸੁਣ ਲੈਂਦੇ ਹੋ, ਇਹ ਤੋਂ ਵੱਡਾ ਮੇਰੇ ਲਈ ਕੋਈ ਪੁੰਨ ਵਾਲਾ ਕੰਮ ਨਹੀਂ ਗਾ। ਮੈਂ ਤਾਂ ਪੁੰਨ ਨਹੀਂ ਸਮਝਦਾ ਕਿ ਤੁਸੀਂ ਪੁੰਨ, ਮੈਂ ਪੁੰਨ ਕਰ ਰਿਹਾ। ਸੋ ਬਹੁਤ ਬਹੁਤ ਧੰਨਵਾਦ, ਮੈਂ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈਆਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਹੈ, ਸਭ ਨੂੰ ਤੰਦਰੁਸਤੀਆਂ ਬਖਸ਼ੀ, ਸਾਡੇ ਘਰਾਂ 'ਚ ਤਰੱਕੀਆਂ ਦੇ ਦੀਵੇ ਜਗਣ। ਬਹੁਤ ਬਹੁਤ ਤੁਹਾਡਾ ਧੰਨਵਾਦ।